ਬਿਗ ਬਾਸ ਦੇ ਵਿੱਚ ਹੱਥ ਚੱਕਣਾ ਕਤਈ ਬਰਦਾਸ਼ ਨਹੀਂ ਹੈ ਇੱਕ ਕਾਫੀ ਸੀਜ਼ਨਸ ਤੋਂ ਕਲੀਅਰ ਹੈ ਤੇ ਇਸ ਵਾਰ ਇਸ ਦਾ ਖਾਮਿਆਜ਼ਾ ਤਹਿਲਕਾ ਨੂੰ ਭੁਗਤਣਾ ਪਾਏਗਾ ਤੇ ਤਹਿਲਕਾ ਨੂੰ ਲੱਗਦਾ ਹੈ ਕਿ ਹੁਣ ਬਿੱਗ ਬਾਸ ਤੇ ਕਰ ਦਿੱਤਾ ਇਹ ਘਰ ਤੋਂ ਬਾਹਰ ਦਰਸਲ ਇੱਕ ਮਜ਼ਾਕ ਚੱਲ ਰਿਹਾ ਸੀ ਜਿਸ ਦੇ ਵਿੱਚ ਅਰुण ਜੋ ਹੈ ਉਹ ਈਸ਼ਾ ਮਾਲਵੀਆ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੇ ਵਿੱਚ ਅਭਿਸ਼ੇਕ ਨੂੰ ਗੁੱਸਾ ਆ ਗਿਆ ਤੇ ਉਹ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਅਭਿਸ਼ੇਕ ਨੂੰ ਆ ਕੇ ਅਰुण ਨੂੰ ਡਿਫੈਂਡ ਕਰਦੇ ਹੋਏ ਤਹਿਲਕਾ ਨੇ ਆ ਕੇ ਉਹਨਾਂ ਦੀ ਜਿਹੜਾ ਗਲਮਾ ਹੈ ਉਹ ਫਾਈਲ ਲਿਆ ਤੇ ਬਹੁਤ ਬੁਰੀ ਤਰ੍ਹਾਂ ਨਾਲ ਉਹਨਾਂ ਨੂੰ ਬੋਲਿਆ ਤੇ ਸਾਫ਼ ਤੌਰ ਤੇ ਇੱਥੋਂ ਜੋ ਹੈ ਉਹ ਲੜਾਈ ਐਨੀ ਵੱਡ ਇਹ ਕਿ ਹੁਣ ਕਿਹਾ ਜਾ ਰਿਹਾ ਹੈ ਕਿ 빅ਬੋਸ ਤੋਂ ਜੋ ਤਹਿਲਕਾ ਨੇ ਉਸ ਨੂੰ ਐਵਿਕਟ ਕਰ ਦਿੱਤਾ ਗਿਆ ਹੈ ਦਰਅਸਲ ਤਹਿਲਕਾ ਜਦੋਂ ਐਂਟਰ ਕੀਤੇ ਸੀ 빅ਬੋਸ ਦੇ ਵਿੱਚ ਹਾਲਾਂਕਿ ਉਹਨਾਂ ਵੱਲੋਂ ਕੁਝ ਵੀ ਖਾਸ ਐਸਾ ਨਹੀਂ ਕੀਤਾ ਗਿਆ ਜਿਸ ਤੋਂ 빅ਬੋਸ ਨੂੰ ਕੰਟੈਂਟ ਮਿਲ ਰਿਹਾ ਹੋਵੇ ਇਹ ਆਰਾਮ ਦੇ ਨਾਲ ਪਏ ਰਹਿੰਦੇ ਸੀਗੇ ਤੇ ਇਹਨਾਂ ਵੱਲੋਂ ਕੋਈ ਜ਼ਿਆਦਾ ਕੰਟੈਂਟ ਕਿਤਨਾ ਕਿਤੇ ਮਿਲਿਆ ਨਹੀਂ ਲੇਕਿਨ ਹੁਣ ਜਦ ਮਿਲਿਆ ਤਾਂ ਉਸਿੱਦੀ ਲੜਾਈ ਐਸੀ ਪਹੁੰਚੀ ਕਿ ਸਿੱਧਾ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਤਹਿਲਕਾ ਨੂੰ ਹੁਣ 빅ਬੋਸ ਨੇ ਐਵਿਕਟ ਕਰ ਦਿੱਤਾ ਹੈ ਹੁਣ ਵੀਕੈਂਡ ਦੇ ਬਾਅਦ ਹੀ ਪਤਾ ਚੱਲ ਪਾਏਗਾ ਕਿ ਐਵਿਕਸ਼ਨ ਹੋ ਗਿਆ ਹੈ ਜਾਂ ਫਿਰ ਸਿਰਫ ਇੱਕ ਡਰਾਵਾ ਹੈ ਹੁਣ ਦੇ ਅਤੇ ਇਹ ਹੋਏਗਾ ਕਿ ਹੋਰ ਵੀ ਕਿਹੜੇ ਕੰਟੈਸਟੈਂਟ ਨੇ ਜੋ ਇਸ ਵਾਰ ਜਾਂਦੇ ਨੇ ਘਰ ਤੋਂ ਬਾਹਰ